ਜਿਹੜੀਆਂ ਸਾਡੀਆਂ ਭਾਰਤ ਸਰਕਾਰ ਭਾਰਤਮਾਲਾ ਪ੍ਰੋਜੈਕਟ ਦੇ ਅਧੀਨ ਸੜਕਾਂ ਬਣਾ ਰਹੀ ਆ ਪੰਜਾਬ ਦੇ ਵਿੱਚ, ਸਾਨੂੰ ਜਮਾਂ ਹੀ ਜ਼ਿਮੀਂਦਾਰਾਂ ਨੂੰ ਲੁੱਟ ਰਹੀ ਆ। ਸਾਡੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਪ੍ਰਸ਼ਾਸਨ ਧੱਕੇ ਨਾਲ, ਅੱਜ ਤੁਸੀਂ ਦੇਖ ਲਓ ਕੋਰਟ ਅੱਗੇ ਦੇ ਵਿੱਚ ਪ੍ਰਸ਼ਾਸਨ ਨੇ JCB ਅਤੇ ਬਲਡੋਜ਼ਰ ਲਿਆ ਕੇ ਕਿਸਾਨਾਂ ਦੀ ਹਿੱਕ 'ਤੇ ਚੜਾਉਣ ਵਾਸਤੇ ਲਿਆਉਂਦੇ ਨੇ। ਸਾਡੇ ਅਸੀਂ ਪ੍ਰਸ਼ਾਸਨ ਨੂੰ ਇੱਕ ਇਹ ਚੇਤਾਵਨੀ ਦੇਣਾ ਚਾਹੁੰਦੇ ਹਾਂ, ਇਹ ਯੂਪੀ ਬਿਹਾਰ ਨਹੀਂ ਹੈਗਾ, ਇਹ ਪੰਜਾਬ ਆ। ਪੰਜਾਬ ਨੇ ਜਿੰਨੀ ਵਾਰੀ ਦਿੱਲੀ ਵੀ ਫਤਿਹ ਕੀਤੀ, ਅਸੀਂ ਤਾਂ ਮੋਦੀ ਤੋਂ ਨਹੀਂ ਡਰੇ। ਸੈਂਟਰ ਸਰਕਾਰ ਨੇ ਜ਼ਿਮੀਂਦਾਰਾਂ ਦੇ 3 ਕਾਲੇ ਕਾਨੂੰਨ ਬਣਾਏ, ਉਹ ਅਸੀਂ 2 ਸਾਲ, ਸਾਡਾ ਸਾਲ 2 ਸਾਲ ਉੱਥੇ ਲੱਗ ਗਿਆ ਸਮਾਂ, ਅਸੀਂ ਕਾਨੂੰਨ ਰੱਦ ਕਰਾ ਕੇ ਆਪਣੇ ਘਰਾਂ ਨੂੰ ਮੁੜੇ ਹਾਂ। ਇੱਥੇ ਵੀ ਸਾਡੀ ਪ੍ਰਸ਼ਾਸਨ ਨੂੰ ਅਪੀਲ ਆ ਵੀ ਤੁਸੀਂ ਧੱਕਾ ਨਾ ਕਰੋ ਕਿਸਾਨਾਂ ਨਾਲ, ਸਾਡਾ ਤੁਸੀਂ ਸਬਰ ਦਾ ਪਰਖ ਨਾ ਲਓ। ਸਾਡੇ ਅੱਜ ਦਿਲ ਬਹੁਤ ਬਲੁੰਦਰੇ ਪਏ ਨੇ। ਸਾਡੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਵੀ ਇਹ ਸੜਕਾਂ ਜਦੋਂ ਤੱਕ ਕਿਸਾਨਾਂ ਦਾ ਮਸਲਾ ਹੱਲ ਨਹੀਂ ਹੁੰਦਾ, ਉਦੋਂ ਤੱਕ ਅਸੀਂ ਆਪਣੀਆਂ ਸੜਕਾਂ ਨਹੀਂ ਬਣ ਦੇਵਾਂਗੇ। ਸਾਡੀ ਇਹੀ ਬੇਨਤੀ ਆ, ਪ੍ਰਸ਼ਾਸਨ ਨੂੰ ਵੀ ਧੱਕਾ ਨਾ ਕਰੋ।